ਬਾਲੀਵੁੱਡ ਐਕਟਰ ਸਨੀ ਦਿਓਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਸਨੀ ਦਿਓਲ ਦੇ ਚਾਹਣ ਵਾਲੇ ਹੈਰਾਨ ਰਹਿ ਜਾਣਗੇ। ਸਨੀ ਦਿਓਲ ਦੀ ਅਜਿਹੀ ਹਾਲਤ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਸਾਹਮਣੇ ਆਈ ਵੀਡੀਓ 'ਚ ਸਨੀ ਦਿਓਲ ਨਸ਼ੇ ਦੀ ਹਾਲਤ 'ਚ ਨਜ਼ਰ ਆ ਰਹੇ ਨੇ। ਉਹਨਾਂ ਨੂੰ ਇਸ ਹਾਲਤ 'ਚ ਦੇਖ ਕੇ ਉਹਨਾਂ ਦੇ ਚਾਹਣ ਵਾਲੇ ਹੈਰਾਨ ਨੇ ਅਤੇ ਸਾਰੇ ਜਾਣਨਾ ਚਾਹੁੰਦੇ ਨੇ ਕਿ ਸਨੀ ਦਿਓਲ ਅਜਿਹੀ ਹਾਲਤ ਵਿੱਚ ਕਿਉਂ ਹੈ। ਸਾਹਮਣੇ ਆਈ ਵੀਡੀਓ 'ਚ ਸਨੀ ਦਿਓਲ ਸੜਕ 'ਤੇ ਸ਼ਰਾਬ ਪੀ ਕੇ ਘੁੰਮਦੇ ਨਜ਼ਰ ਆ ਰਹੇ ਨੇ ਅਤੇ ਇੱਕ ਆਟੋ ਨਾਲ ਟਕਰਾਉਣ ਵਾਲੇ ਸੀ ਅਤੇ ਜਦੋਂ ਆਟੋ ਚਾਲਕ ਨੇ ਉਹਨਾਂ ਨੂੰ ਰੋਕ ਕੇ ਪਛਾਣ ਲਿਆ ਤਾਂ ਸਨੀ ਦਿਓਲ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਉਹ ਉਹਨਾਂ ਦੀ ਮਦਦ ਕਰਨ ਲੱਗਿਆ। ਇਸ ਤੋਂ ਬਾਅਦ ਉਹ ਸਨੀ ਦਿਓਲ ਨੂੰ ਫੜ ਕੇ ਆਟੋ ਵਿੱਚ ਬਿਠਾ ਦਿੰਦਾ ਹੈ। ਸਨੀ ਦਿਓਲ ਉਸ ਨਾਲ ਗੱਲਾਂ ਕਰਦੇ ਅਤੇ ਮੁਸਕਰਾਉਂਦੇ ਨਜ਼ਰ ਆਉਂਦੇ ਨੇ। ਆਟੋ ਵਾਲਾ ਵਿਅਕਤੀ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਹਟਾ ਦਿੰਦਾ ਹੈ। ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਇਹ ਵੀਡੀਓ ਬੰਬਈ ਦੇ ਜੂਵੋ ਸਰਕਲ ਇਲਾਕੇ ਦੀ ਹੈ। ਇਸ ਵੀਡੀਓ ਨੂੰ ਦੇਖ ਕੇ ਉਹਨਾਂ ਦੇ ਸਰੋਤੇ ਕਾਫੀ ਜ਼ਿਆਦਾ ਹੈਰਾਨ ਨੇ। ਸਨੀ ਦਿਓਲ ਦੀ ਗੱਲ ਫੈਨਸ ਨੂੰ ਯਾਦ ਆ ਰਹੀ ਹੈ ਕਿਉਂਕਿ ਹਾਲ ਹੀ 'ਚ ਸਨੀ ਦਿਓਲ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਕਈ ਸਾਲ ਪਹਿਲਾਂ ਸ਼ਰਾਬ ਛੱਡ ਦਿੱਤੀ ਹੈ ਅਤੇ ਹੁਣ ਇਸ ਨੂੰ ਹੱਥ ਵੀ ਨਹੀਂ ਲਾਉਂਦੇ। ਵੀਡੀਓ ਨੂੰ ਦੇਖ ਕੇ ਕਈ ਲੋਕ ਸਨੀ ਦਿਓਲ ਨੂੰ ਟ੍ਰੋਲ ਕਰ ਰਹੇ ਹਨ। ਇੱਕ ਵਿਅਕਤੀ ਨੇ ਲਿਖਿਆ, ਉਹ ਇਸ ਹਾਲਤ 'ਚ ਪਾਕਿਸਤਾਨ ਨਾਲ ਕਿਵੇਂ ਲੜੇਗਾ। ਇੱਕ ਵਿਅਕਤੀ ਨੇ ਲਿਖਿਆ, ਜੇਕਰ ਤੁਸੀਂ ਸ਼ਰਾਬ ਪੀ ਕੇ ਸੜਕ 'ਤੇ ਜਾ ਰਹੇ ਹੋ ਤਾਂ ਤੁਹਾਡੀ ਕਾਰ ਨੂੰ ਕੋਈ ਉਡਾ ਦੇਵੇਗਾ। ਇੱਕ ਨੇ ਲਿਖਿਆ, ਸ਼ੱਕ ਹੈ ਕਿ ਇਹ ਕਿਸੇ ਫਿਲਮ ਦਾ ਹਿੱਸਾ ਹੋ ਸਕਦਾ ਹੈ। ਕਈ ਲੋਕਾਂ ਦਾ ਦਾਅਵਾ ਹੈ ਕਿ ਇਹ ਕਿਸੇ ਫਿਲਮ ਦੀ ਸ਼ੂਟਿੰਗ ਲਈ ਫਿਲਮਾਇਆ ਜਾਣ ਵਾਲਾ ਸੀਨ ਹੋ ਸਕਦਾ ਹੈ। ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਕਿਸੇ ਸ਼ੂਟਿੰਗ ਦਾ ਹਿੱਸਾ ਹੈ ਜਾਂ ਇਹ ਵੀਡੀਓ ਅਸਲੀ ਹੈ। ਕਈ ਟਿੱਪਣੀਆਂ ਮੁਤਾਬਕ ਇਹ ਫਿਲਮ ਦੀ ਸ਼ੂਟਿੰਗ ਵੀ ਹੋ ਸਕਦੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਰੋਤੇ ਵੱਖ ਵੱਖ ਕਿਆਸ ਲਗਾ ਰਹੇ ਨੇ। ਬਾਕੀ ਹਾਲੇ ਤੱਕ ਸਨੀ ਦਿਓਲ ਵੱਲੋਂ ਕੋਈ ਇਸ ਵੀਡੀਓ ਨੂੰ ਲੈ ਕੇ ਪ੍ਰਤੀਕਿਰਿਆ ਸਾਂਝੀ ਨਹੀਂ ਆਈ ਹੈ ਅਤੇ ਜੇਕਰ ਕੋਈ ਸਟੇਟਮੈਂਟ ਆਉਂਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਇਸ ਕਰਕੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ।